ਕਿਆ ਖੜਾ ਫੜ ਦੇ ਮੈਨੂੰ ਕਹਿੰਦਾ ਕਿ ਤੁਸੀਂ ਇਹ ਭੱਟੀ ਡਾਕਟਰ ਭੱਟੀ ਦੇ ਕੀ ਲੱਗਦੇ ਹੋ ਮੈਂ ਕਿ ਮੈਂ ਉਹਦਾ ਛੋਟਾ ਭਾਈ ਆ ਮੈਂ ਕਿ ਤੂੰ ਕੌਣ ਮੈਂ ਤੈਨੂੰ ਨਹੀਂ ਪਛਾਣਿਆ ਕਿ ਮੈਂ ਕਿ ਓਵਰਸੀਅਰ ਦਾ ਭਾਈ ਆ ਸਰਗਾਣਾ ਉਹਦਾ ਨਾਮ ਡਾਕਟਰ ਰਿਆਜ਼ ਅੱਛਾ ਰਿਆਜ਼ ਸਮਝ ਇਕਬਾਲ ਦਾ ਭਾਈ ਇਕਬਾਲ ਦਾ ਦਾਸ ਦਾ ਭਾਈ ਅੱਛਾ ਕਿ ਯਾਰ ਤੂੰ ਮੈਨੂੰ ਪਛਾਣ ਲਿਆ ਇੰਨੀ ਦੂਰ ਰਹੀ ਤੇ ਜੱਗ ਦੇ ਵਿੱਚ ਪਛਾਣ ਲੈਂਦਾ ਤੇ ਕਹਿੰਦਾ ਕਿ ਮੈਂ ਨਾ ਕਿੱਥੇ ਡੰਗਰ ਡਾਕਟਰ ਰੱਖਣਾ ਤੇ ਕਿ ਜੇ ਮੇਰੇ ਰਿਆਜ਼ ਰਿਆਜ਼ ਯਾਰ ਉਹਨਾਂ ਨੂੰ ਲੱਭਣਾ ਮੈਨੂੰ ਉਹ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਕਿੱਥੇ ਕੈਸੇ ਕੈਸੇ ਲੋਕ ਜੀ ਮੈਨੂੰ ਆਦਾ ਮੇਰੇ ਕੋਲ ਆਵੀਂ ਚੱਲੀ ਤੇ ਸੀ ਜੋ ਰੋਟੀ ਖਾ ਜਾਂ ਉਹਦੀ ਡਿਊਟੀ ਸੀ ਉਹਦੇ ਆਫਸਰ ਬੇਵਾਨ ਰੰਗਰ ਰਸਤਾ ਲੱਗਿਆ ਉੱਥੇ ਮਿਲਿਆ ਤੇ ਮੈਂ ਕਿਹਾ ਕਹਿੰਦਾ ਯਾ ਤੂੰ ਤਰੱਕੀ ਕਰ ਗਿਆ ਸੀ ਨਹੀਂ ਉਹ ਤਾਂ ਰਿਆਜ਼ ਡਾਇਰੈਕਟ ਹਾਂ ਤੈਨੂੰ ਮਿਲਿਆ ਮੇਰੇ ਨਹੀਂ ਆਜੇ ਮਸੂਰ ਕੇ ਚੱਕ ਤਾਂ ਤੁਹਾਡਾ ਪੜਦਾ ਲਿਆ ਪੱਕੇ ਖੂ ਤੇ ਮੈਂ ਕੱਟ ਮੈਂ ਸਕੂਲ ਪੜਦਾ ਸੂ ਤੇ ਮੈਨੂੰ ਸਟਾਫ ਰੂਮ ਵਿੱਚ ਲੈ ਗਿਆ ਤੇ ਮੈਨੂੰ ਕਹਿੰਦਾ ਤੂੰ ਕਿੱਥੋਂ ਦਾ ਮੈਂ ਕਿਹਾ ਮੈਂ ਦਲਪੁਰ ਦਾ ਅੱਛਾ ਮੈਨੂੰ ਸ਼ੱਕ ਪਿਆ ਤੂੰ ਮੱਛਾ ਨਿੱਕੇ ਦਾ ਆਏਗਾ ਮੈਨੂੰ ਇਹ ਲੱਗਾ ਯਾਰ ਤੇ ਉੱਥੇ ਇੱਕ ਸੀ ਮੇਰਾ ਕਲਾਸ ਦਾ ਸ਼ੇਰ ਮੁਹੰਮਦ ਉਹਦਾ ਮੈਨੂੰ ਲੱਗਾ ਤੂੰ ਭਾਈ ਹੈਗਾ ਉਹ ਮੈਂ ਬੇੜਾ ਉਹ ਸਿਰਫ ਬੱਸ ਚ ਮਿਲਿਆ ਤੈਨੂੰ ਇਸਲਾਮੀ ਕਾਲਜ ਉਹ ਜਿਹੜਾ ਟਿਕਟ ਵਾਲਾ ਹਾਂਜਾ ਉਹ ਜੋ ਬੱਸ ਚ ਉਹ ਇਹਨੂੰ ਇਹਨੇ ਟਿਕਟ ਵਾਸਤੇ ਕਿਹਾ ਵੀ ਟਿਕਟ ਦੇ ਉਹਨੇ ਕਹਿੰਦੇ ਤੂੰ ਬਹਿ ਜਾ ਮੈਂ ਤੈਨੂੰ ਟਿਕਟ ਦਿੰਦਾ ਇਹਦੇ ਕੋਲ ਫਿਰ ਐਡਰੈਸ ਲੈ ਕੇ ਉਹ ਆਇਆ ਉੱਥੇ ਸੈਂਟਰ ਤੇ ਇਕਬਾਲ ਇਹ ਨਹੀਂ ਉਹ ਜੋ ਸਤਾਰ ਸੀ ਦਾਣਾ ਆਦਾ ਸੀ ਉਹ ਬੱਸ ਕੰਡਕਟਰ ਸੀ ਜੀਟੀਐਸ ਚ ਤੇ ਉਹ ਜਦੋਂ ਆਇਆ ਨਾ ਐਡਰੈਸ ਲੈ ਕੇ ਮੈਨੂੰ ਕਹਿੰਦਾ ਇਹ ਅੱਛਾ ਵੇਖ ਇਹਦੇ ਚਿਹਰੇ ਤੋਂ ਉਹਨੇ ਪਛਾਣ ਲਿਆ ਕਿ ਇਹ ਉਹਦਾ ਭਾਈ ਹੈ ਮੈਂ ਤਾਂ ਕਹਿੰਦਾ ਮੈਨੂੰ ਜਿਹੜਾ ਉਹ ਲੱਗਦਾ ਨਾ ਸੁਰ ਕੇ ਚੱਕ ਵਾਲਾ ਮਾਸਟਰ ਨੇ ਜਿਸ ਤਰ੍ਹਾਂ ਮੈਂ ਹੈਰਾਨ ਆ ਬਈ ਉਹ ਮੁਰਸਲ ਮੁਰਸਲ ਮਾਸਟਰ ਜੀ ਅਸੀਂ ਨਾਮ ਮੈਨੂੰ ਯਾਦ ਨਹੀਂ ਰਿਹਾ ਹੁਣ ਤੇ ਉਹ ਸਾਡੇ ਉਹ ਚਿਹਰੇ ਤੋਂ ਪਛਾਣ ਲੈਂਦੇ ਸੀ ਮੈਂ ਉਤਵੇ ਫੈਮਿਲੀ ਚ ਸ਼ਾਦੀ ਹੋਈ ਨਾ ਤੇ ਉਹਦੇ ਤੋਂ ਨਹੀਂ ਨਹੀਂ ਮਤਲਬ ਇਹ ਮੱਛਾ ਨਹੀਂ ਤਾਂ ਕਿੱਥੇ ਤੇ ਲੈਲਪੁਰ ਚ ਨਾ ਪੜ ਰਿਹਾ ਰਿਸ਼ਤੇਦਾਰਾਂ ਨੂੰ ਇੱਜ਼ਤਾਂ ਨੂੰ ਉਹ ਮੈਂ ਤਵੇਤ ਨਾ ਇੱਕ ਦਫ਼ਾ ਮੈਂ ਮੇਰੇ ਕੋਲ ਜਾਬ ਕੋਈ ਨਾ ਤੇ ਮੈਂ ਕੋਰਟ ਇਹਨਾਂ ਦੀ ਮੰਦਰ ਜਾ ਉੱਥੇ ਟ੍ਰੇਲਰ ਚੱਲਦੇ ਹਨ ਉਹ ਬੱਸ ਤੇ ਉਤਰਿਆ ਤੇ ਅੱਗੇ ਜਾ ਰਿਹਾ ਤੇ ਗੇਟ ਕੋਲ ਤੇ ਟ੍ਰੇਲਰ ਬਾਹਰ ਖੜਾ ਹੋਇਆ ਲੋਡ ਹੋਇਆ ਮੈਂ ਉਹ ਡਰਾਈਵਰ ਨੂੰ ਪੁੱਛਿਆ ਮੈਂ ਯਾਰ ਇੱਥੇ ਕੋਈ ਮੈਨੂੰ ਤੁਹਾਡੀ ਕੰਪਨੀ ਦਾ ਕਿੱਥੇ ਫੋਰਮੈਨ ਤੇ ਮੈਂ ਨੌਕਰੀ ਨਹੀਂ ਹੋ ਰਿਹਾ ਤੇ ਮੈਂ ਚਲਾ ਗਿਆ ਅੰਦਰ ਜਦ ਫਿਰ ਕੇ ਆਇਆ ਨਾ ਉਸ ਪ੍ਰੈਸ ਧਾਰਨ ਦੇ ਬਾਰੇ ਗੱਲ ਸੁਣ ਕਹਿੰਦਾ ਯਾਰ ਤੂੰ ਫੈਸਲਾਬਾਦ ਦਾ ਮੈਂ ਹਾਂ ਅਤੇ ਸ਼ੇਰ ਮੁਹੰਮਦ ਦਾ ਕੀ ਲੱਗਣਾ ਅਤੇ ਜਦੋਂ ਤੂੰ ਚਲਾ ਗਿਆ ਨਾ ਤੇ ਮੈਂ ਸੋਚਿਆ ਵੀ ਯਾਰ ਜਿਹੜੀ ਅਸੀਂ ਆਵਾਜ਼ ਆਈ ਇਹ ਤਾਂ ਸ਼ੇਰ ਮੁਹੰਮਦ ਦੇ ਨਾਲ ਮੈਚ ਕਰਦੀ ਆ ਉਹਦਾ ਦਰਾਜ਼ ਨਹੀਂ ਲੱਗਦਾ ਲੇਕਿਨ ਮੈਂ ਅਗਰ ਤੈਨੂੰ ਵਾਪਸ ਉਸੇ ਤੇ ਫਿਰ ਮੈਂ ਫਿਰ ਮੈਨੂੰ ਉਹ ਜ਼ੁਲਫਕਾਰ ਨਹੀਂ ਹੁੰਦਾ ਨੋਰਤੀ ਪੁਲ ਤੇ ਮੋਟਰਸਾਈਕਲ ਉਹ ਉੱਥੇ ਹੁੰਦਾ ਟ੍ਰੇਲਰ ਚ ਬੈਠਾ ਹੋਇਆ ਉਹ ਮੈਂ ਤੁਹਾਨੂੰ ਜਾਣਦਾ ਤੁਹਾਨੂੰ ਉਹ ਜਾਣਦਾ ਮੋਟਰਸਾਈਕਲ ਜੇ ਤਾਂ ਸਾਡੇ ਨਾਲ ਹੋਈ ਤੁਹਾਡੇ ਨਾਲ ਵੀ ਤੁਹਾਡੇ ਨਾਲ ਵੀ ਕਦੇ ਸਾਡੇ ਨਾਲ ਤਾਂ ਹੁੰਦੀ ਇਸਲਾਮ ਬਚਪਨ ਭਾਈ ਛੋਟੇ ਸਾਂਬਰ ਵੱਡਾ ਸਾਡਾ ਪੜਦਾ ਸੀ ਤੇਰਾ ਵਾਰਦਾ ਤੇ ਕੋਈ ਉਹ ਪਹਿਲੇ ਅਸੀਂ ਗਏ ਮਨੋੜਾ ਟ੍ਰੇਨਿੰਗ ਕੀਤੀ 9 ਮਹੀਨੇ ਉਸ ਤੋਂ ਬਾਅਦ ਸ਼ਫਾ ਨੇਵਲ ਹਸਪਤਾਲ ਗਏ ਮੈਡੀਕਲ ਵਾਲੇ ਉੱਥੇ ਸਾਰਿਆਂ ਦੇ ਮਿਲਣ ਵਾਲੇ ਆਏ ਕੋਈ ਸਾਰਿਆਂ ਨੂੰ ਮੈਂ ਬੈਠਾ ਸਾਡਾ ਕੌਣ ਆਉਣਾ ਇੱਕ ਬੰਦਾ ਆਇਆ ਤੇ ਉਹ ਮੈਨੂੰ ਕਹਿੰਦਾ ਕੀ ਨਾ ਤੇਰਾ ਮੈਂ ਮੁਹੰਮਦ ਇਕਬਾਲ ਭੱਟੀ
छापर भी उतो लग अच्छा माहौल मिले अच्छे लोग तंगी हुई है आप लेने को पासा लेकिन देखो कि इज्जत की शाबाश गुड गर्ल वेरी गुड ये मेरी टोपी वहां से ले आई थी।